ਮਹਾਰਾਜ ਗਏ ਝੰਡੇ ਬਾਡੀ ਕੋਲ, ਕਹਿੰਦੇ ਝੰਡਿਆ ਇਹ ਪ੍ਰਸ਼ਾਦਾ ਕਿਹਦਾ ਲੈ ਕੇ ਆਇਆ, ਕਿੱਥੋਂ ਲੈ ਕੇ ਆਇਆ? ਕਹਿੰਦਾ ਪਾਤਸ਼ਾਹ ਪ੍ਰਸ਼ਾਦਾ ਤਾਂ ਪਰਮੇਸ਼ੁਰ ਦਾ ਹੈ, ਉਹ ਲੈ ਕੇ ਆਇਆ। ਮਹਾਰਾਜ ਕਹਿੰਦੇ ਝੰਡਿਆ ਪਰਮੇਸ਼ੁਰ ਨੂੰ ਪਛਾਣਿਆ ਤੈਂ? ਕਹਿੰਦਾ ਨਹੀਂ ਮਹਾਰਾਜ, ਪਛਾਣ ਨਹੀਂ ਸਕਿਆ, ਤਰੱਦਦ ਕਰ ਰਿਹਾ, ਬਚਪਨ ਤੋਂ ਲੈ ਕੇ ਕੋਸ਼ਿਸ਼ਾਂ ਕਰ ਰਿਹਾ ਕਿ ਮੈਨੂੰ ਪਛਾਣ ਆ ਜਾਵੇ। ਕਹਿੰਦੇ ਫਿਰ ਤੈਨੂੰ ਕਿਵੇਂ ਪਤਾ ਲੱਗ ਗਿਆ ਵੀ ਇਹ ਪਰਮੇਸ਼ੁਰ ਦਾ ਪ੍ਰਸ਼ਾਦਾ? ਝੰਡਿਆ ਜਾਣਿਆ ਹੈ, ਪਛਾਣਿਆ ਨਹੀਂ ਹੈ, ਬੁੱਝਿਆ ਨਹੀਂ ਹੈ, ਜਾਣ ਲਿਆ, ਬੁੱਧੀ ਨਾਲ ਜਾਣ ਲਿਆ। ਬੁੱਧੀ ਨਾਲ ਜਾਣਨਾ ਹੋਰ ਚੀਜ਼ ਹੁੰਦਾ ਹੈ, ਬੁੱਝਣਾ ਹੋਰ ਹੁੰਦਾ। ਮਹਾਰਾਜ ਕਹਿੰਦੇ ਜਿਹਨੇ ਬੁੱਝਿਆ ਨਹੀਂ, ਆਵਨ ਆਏ ਸ੍ਰਿਸ਼ਟ ਮੈਂ ਬਿਨ ਬੁੱਝੇ ਪਸ ਟੋਰ। ਜੇ ਬੁੱਝਿਆ ਨਹੀਂ ਹੈ, ਪਰਮੇਸ਼ੁਰ ਆਪਣੇ ਆਪ ਨੂੰ ਨਹੀਂ ਬੁੱਝਿਆ ਕਿ ਮੈਂ ਕੌਣ ਹਾਂ, ਕਹਿੰਦੇ ਫਿਰ ਤਾਂ ਤੂੰ ਪਸ਼ੂ ਦਾ ਪਸ਼ੂ ਰਹਿ ਗਿਆ, ਮਨੁੱਖ ਨਹੀਂ, ਮਨੁੱਖ ਕਹਾਉਣਾ ਹੈ ਲੇਕਿਨ ਬੁੱਝ ਨਹੀਂ ਸਕਿਆ। ਕਹਿੰਦਾ ਜੀ ਮੈਂ ਆਤਮਾ। ਕਹਿੰਦੇ ਬੁੱਝਿਆ ਕਿ ਜਾਣਿਆ? ਕਹਿ ਜਾਣਿਆ ਜੀ, ਬੁੱਝਿਆ ਨਹੀਂ, ਮੈਨੂੰ ਸਮਝ ਆਉਂਦੀ ਬੁੱਝਿਆ ਕੀ ਹੁੰਦਾ। ਇੱਕ ਚੰਗਾ ਬੂਟਿਆਂ ਦਾ ਮਾਹਰ ਅੰਬ ਦੇ ਕੋਲ ਖੜਾ, ਅੰਬ ਲੱਗੇ ਹੋਏ ਨੇ, ਪੱਕੇ ਅੰਬ ਨੇ, ਦੁਸ਼ਹਿਰੀ ਅੰਬ ਲੱਗਿਆ ਹੋਇਆ, ਗਿਣਦਾ ਉਹਦੇ 'ਚ ਕਿੰਨੀਆਂ ਕੈਲਰੀਜ਼ ਨੇ, ਕਿੰਨੀ ਇਹਦੇ ਵਿੱਚ ਕਿੰਨੇ ਪ੍ਰਸੈਂਟ ਸ਼ੂਗਰ ਹੈ, ਕਿੰਨੇ ਪ੍ਰਸੈਂਟ ਇਹਦੇ ਵਿੱਚ ਤੇਜ਼ਾਬ ਹੈ, ਕਿੰਨੇ ਪ੍ਰਸੈਂਟ ਇਹਦੇ ਵਿੱਚ ਡਾਈਟ ਹੈ, ਫੂਡ ਵੈਲਿਊ ਇਹਦੀ ਕਿੰਨੀ ਹੈ, ਇਹ ਕਿਹੜਾ ਕਿਹੜਾ ਅਸਰ ਕਰਦੀ ਹੈ ਸਰੀਰ ਦੇ ਅੰਦਰ, ਗਿਣੀ ਜਾਂਦਾ ਹੈ, ਗਿਣੀ ਜਾਂਦਾ ਹੈ, ਫਿਰ ਗਿਣਦਾ ਵੀ ਇੰਨਾ ਚਿਰ ਐਂ ਬੀਜਿਆ ਜਾਵੇ, ਐਂ ਖਾਦ ਪਾਇਆ ਜਾਵੇ, ਉਹਦੇ ਬਾਅਦ ਫਿਰ ਇਹਨੂੰ ਫੁੱਲ ਆਉਂਦੇ ਨੇ, ਸਪਰੇਅ ਕੀਤੀ ਜਾਵੇ ਅਤੇ ਕੋਈ ਬਿਮਾਰੀਆਂ ਲੱਗੇ ਫਿਰ ਅੰਬ ਲੱਗਦੇ ਨੇ। ਬੜੀ ਸੋਹਣੀ ਗੱਲ ਜਾਣ ਲਈ, ਬੜੀ ਡਿਟੇਲ ਉਹਦੀ ਸਮਝ 'ਚ ਆ ਗਈ, ਲੇਕਿਨ ਜਾਣਿਆ ਉਸਨੇ, ਬੁੱਝਿਆ ਨਹੀਂ। ਇੰਨੇ ਨੂੰ ਇੱਕ ਬੰਦਾ ਆਉਂਦਾ ਆ ਕੇ ਅੰਬ ਤੋੜਦਾ, ਅੰਬ ਤੋੜ ਕੇ ਚੁੱਪਣਾ ਸ਼ੁਰੂ ਕਰ ਦਿੰਦਾ। ਹੁਣ ਬੁੱਝਿਆ ਉਸਨੇ ਹੈ, ਉਸਨੂੰ ਪਤਾ ਵੀ ਅੰਬ ਦਾ ਕੀ ਸਵਾਦ ਆ ਰਿਹਾ ਅੰਦਰ, ਜਿਹੜਾ ਗਿਣਤੀ ਕਰ ਰਿਹਾ ਸੀ ਉਹਨੂੰ ਨਹੀਂ ਪਤਾ। ਸੋ ਬੁੱਝਣਾ ਅਤੇ ਜਾਣਨਾ ਦੋ ਚੀਜ਼ਾਂ ਨੇ। ਜਿਹਨੇ ਬੁੱਝ ਲਿਆ ਮਹਾਰਾਜ ਕਹਿੰਦੇ ਉਹ ਤਾਂ ਸਫਲ ਹੈ, ਉਹਦਾ ਇਸ ਸੰਸਾਰ 'ਤੇ ਆਉਣਾ। ਜਿਹਨੇ ਜਾਣਿਆ ਮੇਅਰ ਨੌਲੇਜ ਵਾਸਤੇ ਜਾਣਿਆ, ਬੁੱਧੀ ਮੰਡਲ ਦੀ ਕੈਦ ਵਿੱਚ ਤੁਰਿਆ ਫਿਰਦਾ। ਜਿਹਨਾਂ ਨੇ ਬੁੱਝਿਆ ਉਹ ਇਸ ਤੋਂ ਉੱਪਰ ਲੰਘ ਜਾਂਦੇ। ਭਾਈ ਵੀਰ ਸਿੰਘ ਕਹਿੰਦੇ ਨੇ, ਕਹਿੰਦੇ ਜਿਹਨਾਂ ਉਚਿਆਈਆਂ ਉੱਤੇ ਬੁੱਧੀ ਖੰਭ ਸਾੜ ਬੈਠੀ, ਉਹਨਾਂ ਉਚਿਆਈਆਂ ਉੱਤੇ ਲੱਗ ਗਈਆਂ ਯਾਰੀਆਂ, ਸਾਡਾ ਤਾਂ ਪਿਆਰ ਲੱਗ ਗਿਆ ਉਹਨਾਂ ਉਚਿਆਈਆਂ 'ਤੇ ਜਿੱਥੇ ਬੁੱਧੀ ਦਾ ਖੰਭ ਚਲ ਗਿਆ। ਅਤੇ ਬੁੱਧੀਮਾਨ ਸਾਨੂੰ ਫਿਲਾਸਫਰ ਲੋਕ ਕਹਿੰਦੇ ਨੇ, ਪੜ੍ਹੇ ਲਿਖੇ ਕਹਿੰਦੇ ਨੇ, PhD ਕਹਿੰਦੇ ਨੇ, ਕਹਿਣ ਲੱਗੇ ਗਲਤ ਕੰਮ ਕਰ ਲਿਆ ਤੈਂ, ਬੁੱਧੀ 'ਤੇ ਪਰੇ ਮੰਜ਼ਲੇ ਕੋਈ ਨਹੀਂ ਹੈ। ਅਤੇ ਕਹਿਣ ਲੱਗੇ ਕਿ ਬੁੱਧੀ 'ਤੇ ਪਰੇ ਤਾਂ ਕੋਈ ਗੱਲ ਨਹੀਂ ਹੈ, ਕਹਿੰਦੇ ਸਾਨੂੰ ਜਿਹੜਾ ਗਿਆਨੀ ਹੈ ਵਹਿਮੀ ਟੋਲਾ ਆਖਦਾ, ਮਾਰੇ ਗਏ ਜਿੰਨਾ ਬੁੱਧੀ ਪਾਰ ਲਾਈਆਂ ਯਾਰੀਆਂ। ਕਹਿਣ ਲੱਗੇ ਤੂੰ ਚੁੱਪ ਕਰ, ਬੈਠ ਬੇ ਗਿਆਨੀ, ਬੁੱਧੀ ਮੰਡਲੇ ਦੀ ਕੈਦ ਵਿੱਚ, ਬਲਬਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਯਾਰੀਆਂ, ਅਸੀਂ ਤਾਂ ਆਤਮ ਮੰਡਲ 'ਚ ਪ੍ਰਵੇਸ਼ ਕਰ ਗਏ। ਸੋ ਬੁੱਧੀ ਮੰਡਲ ਦੇ ਅੰਦਰ ਅਸੀਂ ਪਰਮੇਸ਼ੁਰ ਨੂੰ ਜਾਣਦੇ ਹਾਂ, ਝੰਡਿਆ ਬੁੱਧੀ ਨਾਲ ਜਾਣਿਆ। ਜੇ ਜਾਣਿਆ ਹੁੰਦਾ ਪਰਮੇਸ਼ੁਰ ਤਾਂ ਤੌਖਲੇ ਕਿਹੜੀ ਗੱਲ ਦੇ, ਘਾਟੇ ਕਿਹੜੀ ਗੱਲ ਦੇ, ਕਿਹੜੀ ਗੱਲ ਦੀ ਚਿੰਤਾ? ਫਿਰ ਤਾਂ ਉਹ ਆਪੇ ਹੀ ਆਪ ਹੈ, ਤੇਰੇ ਨਾਲ ਹੈ, ਦਿਆਲੂ ਹੈ, ਕਿਰਪਾਲੂ ਹੈ। ਫਿਰ ਤੂੰ ਜੇ ਉਹਨੂੰ ਪਛਾਣ ਲਿਆ ਫਿਰ ਤਾਂ ਤੂੰ ਜਿੱਤ ਲਿਆ। ਸੋ ਜਦ ਤੱਕ ਇਹ ਦ੍ਰਿਸ਼ਟੀਕੋਣ ਅਤੇ ਵਿਸ਼ਵਾਸ ਅੰਦਰ ਨਹੀਂ ਆਉਂਦਾ, ਉਹਨਾਂ ਚਿਰ ਅਸੀਂ ਪਰਮੇਸ਼ੁਰ ਦੀ ਸ਼ਰਨ ਵੀ ਨਹੀਂ ਲੈ ਸਕਦੇ। ਆਪਣੇ ਬਲ ਉੱਤੇ ਸਾਨੂੰ ਵਿਸ਼ਵਾਸ ਹੈ, ਮਹਾਰਾਜ ਕਹਿੰਦੇ ਆਪਣਾ ਬਲ ਨਾ ਹੀ ਸਾਥ, ਇਹਦੇ ਤਾਂ ਹੱਥ ਵਿੱਚ ਇਹ ਨਹੀਂ ਬਲ, ਕਰਨ ਕਰਾਵਨ ਸਰਵ ਕੋ ਨਾਥ, ਇਹ ਤਾਂ ਵਾਹਿਗੁਰੂ ਕਰਨ ਕਾਰਨ ਹਾਰ ਹੈ। ਅਸੀਂ ਤਾਂ ਇੱਕ ਮੋਹਰਿਆਂ ਦੇ ਵਾਂਗੂ ਤੁਰੇ ਫਿਰਦੇ ਹਾਂ, ਜਿੱਧਰ ਲਾ ਦਿੰਦਾ ਤੁਰ ਪੈਂਦੇ ਹਾਂ, ਜਿੱਧਰ ਨੂੰ ਭੇਜ ਦਿੰਦਾ ਤੁਰ ਪੈਂਦੇ ਹਾਂ। ਅਸੀਂ ਖਾਮ ਖਾ ਆਪਣੇ ਉੱਤੇ ਗੱਲਾਂ ਲੈ ਰਹੇ ਹਾਂ ਵੀ ਮੈਂ ਕਰਦਾ, ਮੈਂ ਪ੍ਰਚਾਰ ਕਰਦਾ, ਮੈਂ ਅੰਮ੍ਰਿਤ ਛਕਾ ਰਿਹਾ, ਬੰਨੇ ਗਏ ਇੰਨੀ ਗੱਲ ਦੇ ਨਾਲ। ਠੀਕ ਹੈ, ਪੁੰਨ ਫਲ ਮਿਲੇਗਾ, ਬਹੁਤ ਜ਼ਬਰਦਸਤ ਵੱਡਾ ਪੁੰਨ ਮਿਲੇਗਾ, ਵੱਡੇ ਤੋਂ ਵੱਡੇ ਸਵਰਗ ਵਿੱਚ ਵਾਸਾ ਹੋ ਜਾਏਗਾ ਕਿਉਂਕਿ ਬੜਾ ਨੇਕ ਕੰਮ ਕਰਿਆ। ਲੇਕਿਨ ਵਾਹਿਗੁਰੂ ਦੇ ਦਰ 'ਤੇ ਸਮਾਈ ਨਹੀਂ ਹੁੰਦੀ, ਵਾਹਿਗੁਰੂ ਦੇ ਦਰ 'ਤੇ ਸਮਾਈ ਤਾਂ ਹੁੰਦੀ ਹੈ ਜੇ ਵਿੱਚ ਮੈਂ ਦਾ ਖਾਤਮਾ ਹੋ ਜਾਏ, ਜਿੰਨੀ ਤਰ ਮੈਂ ਐਗਜਿਸਟ ਕਰਦੀ ਹੈ
ਦੋ ਨੇ ਦੋ ਦਾ ਉੱਥੇ ਥਾਂ ਨਹੀਂ, ਇੱਕ ਦਾ ਥਾਂ ਹੈ। ਸੋ ਮਹਾਰਾਜ ਕਹਿੰਦੇ ਉਹਦੀ ਸ਼ਰਨ ਲੈ ਲੈ ਤੂੰ, ਸ਼ਰਨ 'ਚ ਲੈ ਕੇ ਐਂ ਹੋ ਜਾ ਜਿਵੇਂ ਬਿੱਲੀ ਦਾ ਬੱਚਾ ਹੁੰਦਾ ਹੈ, ਜਿੱਥੇ ਬਿੱਲੀ ਦਾ ਜੀ ਕਰਦਾ ਲੈ ਜਾਂਦੀ ਹੈ। ਚੂਹੇ ਨੂੰ ਵੀ ਬਿੱਲੀ ਉਸੇ ਮੂੰਹ ਨਾਲ ਫੜਦੀ ਹੈ, ਉਸੇ ਨੂੰ ਆਪਣੇ ਬੱਚੇ ਨੂੰ ਆਪਣੇ ਮੂੰਹ ਨਾਲ ਬਦਲਦੀ ਹੈ ਦੂਸਰੇ ਘਰ 'ਚ, ਕਿਉਂਕਿ ਉਹ ਪਰਾਇਣ ਹੋਇਆ ਹੋਇਆ, ਉਹਦੇ ਸ਼ਰਨ ਲਈ ਹੋਈ ਆ ਉਹਨੇ। ਸੋ ਜੇ ਅਸੀਂ ਵਾਹਿਗੁਰੂ ਦੀ ਸ਼ਰਨ ਲੈ ਲਈਏ ਤਾਂ ਫਿਰ ਵਾਹਿਗੁਰੂ ਜੀ ਤਾਂ ਸਾਡੇ ਨਾਲ ਰਹਿੰਦਾ ਹੈ। ਐਸੀਆਂ ਮਿਸਾਲਾਂ ਗੁਰਬਾਣੀ 'ਚ ਬਹੁਤ ਆਉਂਦੀਆਂ, ਪੜੋ ਪਿਆਰ ਨਾਲ। ਸ਼ਰਨ ਵਿਚਾਰੋ ਮਨ ਰੇ ਪ੍ਰਭ ਕੀ, ਸ਼ਰਨ ਵਿਚਾਰੋ ਮਨ ਰੇ ਪ੍ਰਭ ਕੀ, ਮਿਸਾਲਾਂ ਮਹਾਰਾਜ ਨੇ ਦਿੱਤੀਆਂ, ਐਕਸਟ੍ਰੀਮ ਦੀਆਂ ਦਿੱਤੀਆਂ ਨੇ, ਵਿਚਾਲੀਆਂ ਨਹੀਂ ਹੈ। ਇੱਕ ਤਾਂ ਗਨਕਾ ਦੀ ਦਿੱਤੀ ਹੈ, ਜੇ ਸਿਮਰਤ ਗਨਕਾ ਸੀ ਉਧਰੀ ਤਾਂ ਕੋ ਜਸ ਉਰਧਾਰੋ, ਸਾਰੇ ਲੋਕ ਕਹਾਣੀਆਂ ਜਾਣਦੇ ਨੇ। ਅਤੇ ਉਹਨੇ ਜਸ ਕਿਵੇਂ ਹਿਰਦੇ 'ਚ ਤਾਰਿਆ, ਇਹ ਗੱਲ ਸਾਡੇ ਸਮਝਣ ਵਾਲੀ ਹੈ। ਅਟਲ ਪਇਓ ਤਰੂੰ ਜਾ ਕੇ ਸਿਮਰਨ, ਅਰ ਨਿਰਭੈ ਪਦ ਪਾਇਆ। 5 ਸਾਲ ਦਾ ਬੱਚਾ, ਬੱਚੇ ਨੂੰ ਸੋਝੀ ਨਹੀਂ ਹੁੰਦੀ 5 ਸਾਲ ਦੇ ਨੂੰ, ਲੇਕਿਨ ਉਹਦੇ ਮਨ 'ਚ ਇੰਨਾ ਵਿਸ਼ਵਾਸ ਵਾਹਿਗੁਰੂ ਜੀ ਦਾ ਆਇਆ ਕਿ ਅਟਲ ਪਦ ਵੀ ਸਾਰੀ